ਸੱਚੀਆਂ ਨਾਲ ਦਿਮਾਗ ਨਹੀਂ ਕਦੇ ਖਰਾਬ ਹੋਇਆ ਜਿੰਨਾ ਆਲੇ ਹਫ਼ਤੇ ਦੇ ਵਿੱਚ ਹੋ ਗਿਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿਵੇਂ ਸਾਰੇ? ਆਈ ਹੋਪ ਤੁਸੀਂ ਹੋਵੋਗੇ ਸਾਰੇ ਵਧੀਆ। ਅਤੇ ਆਪਾਂ ਵੀ ਹੈਗੇ ਪੂਰੇ ਘੈਂਟ ਘੈਂਟ ਤਾਂ ਹੈਗੇ ਹਾਂ, ਪਰ ਨਾ ਆਪਣਾ ਨਾ ਆਪਣਾ ਚੱਲ ਰਿਹਾ ਮੋਟਰਸਾਈਕਲ ਚੱਲ ਰਿਹਾ, ਨਾ ਆਪਣਾ ਚੱਲ ਰਿਹਾ ਕੰਪਿਊਟਰ। ਅਤੇ ਹਫ਼ਤੇ ਵਾਂਗ ਹੋ ਗਿਆ ਇਹ ਇੰਨਾ ਹੋ ਰਿਹਾ ਹੈਂਗ, ਅਤੇ ਜਿਹੜਾ ਮਤਲਬ ਪਹਿਲਾਂ ਵਾਲਾ ਕੰਪਿਊਟਰ ਸੀ ਉਸ ਤੋਂ ਜ਼ਿਆਦਾ ਇਹ ਹੈਂਗ ਹੋ ਰਿਹਾ ਹੈਗਾ, i7 ਪ੍ਰੋਸੈਸਰ ਹੋਣ ਦੇ ਬਾਵਜੂਦ ਵੀ। ਇਹਦੇ ਵਿੱਚ ਨਾ ਹਲੇ 400 GB ਵਾਂਗੂ ਖਾਲੀ ਪਿਆ ਇਹ, ਤਾਂ ਵੀ ਮਤਲਬ ਕਿ ਹੈਂਗ ਹੁੰਦਾ, ਪਤਾ ਨਹੀਂ ਕਿ ਚੱਕਰ ਕੀ ਆ। ਅਤੇ ਉੱਪਰ ਦੀ ਮੇਰਾ ਖੜ ਗਿਆ ਮੋਟਰਸਾਈਕਲ, ਅਤੇ ਇਹਨੂੰ ਲੈ ਕੇ ਚੱਲਦੇ ਹਾਂ। ਡੈਡੀ ਆ ਗਏ ਸੀਗੇ ਅਤੇ ਡੈਡੀ ਵਾਲੇ ਮੋਟਰਸਾਈਕਲ ਦੇ ਉੱਪਰ ਮੈਂ ਜਾਊਂਗਾ। ਅਤੇ ਇਹ ਖਰਾਬ ਹੋ ਗਿਆ ਯਾਰ ਕੰਪਿਊਟਰ, ਬਾਕੀ ਤਾਂ ਚਲੋ ਠੀਕ ਹੈ, ਯੂਟਿਊਬ ਠੀਕ ਚੱਲਦੀ ਹੈ, ਬਾਕੀ ਸਾਰਾ ਕੁਝ ਠੀਕ ਚੱਲਦਾ, ਪ੍ਰੀਮੀਅਰ ਪ੍ਰੋ ਨਹੀਂ ਚੱਲਦਾ ਬਸ, ਪਤਾ ਨਹੀਂ ਕੀ ਚੱਕਰ। ਸੱਚੀ ਮੂਡ ਖਰਾਬ ਹੋ ਰਿਹਾ, ਹਫ਼ਤੇ ਵਾਂਗੂ ਹੋ ਗਿਆ ਇੱਕ ਵੀ ਵੀਡੀਓ ਨਹੀਂ ਬਣਾਈ ਮੈਨੇ, ਬਸ ਜਿਹੜੀ ਵੀ ਹੈਗਾ ਫੋਨ ਦੇ ਵਿੱਚ ਹੀ ਬਣਾ ਰਿਹਾ ਹੁਣ ਮੈਂ, ਅਤੇ ਹੋਰ ਕੋਈ ਅਨਦਰ ਵਰਕ ਨਹੀਂ ਹੋ ਰਿਹਾ ਮੇਰਾ, ਅਨਫੋਰਚੁਨੇਟਲੀ ਇਹ ਸਾਰਾ ਖਰਾਬ ਹੋ ਗਿਆ। ਇਹਦੇ ਉੱਪਰ ਜਿੰਨੇ ਪੈਸੇ ਲੱਗਦੇ ਹੋਏ, ਚਾਹੇ 5,000 ਲੱਗੇ, 10,000 ਲੱਗੇ, 20,000 ਲੱਗੇ, ਲਾ ਦਾਂਗੇ, ਪਰ ਇਹ ਠੀਕ ਹੋਣਾ ਚਾਹੀਦਾ। ਮੈਨੂੰ ਪਤਾ ਮੇਰਾ ਕੰਮ ਜੰਮੀ ਖੜਾ ਯਾਰ, ਇਹਦੇ ਉੱਪਰ ਖਰਚਾ ਇੰਨਾ ਹੋ ਗਿਆ ਨਾ, ਕਿਆ ਬਾਤ ਹੈ। ਇਹਦੇ ਉੱਪਰ ਹਾਲੇ ਤੱਕ 1,15,000-20,000 ਲੱਗ ਗਿਆ, ਪਰ ਇਹਦੇ ਉੱਪਰ ਹਾਲੇ ਹੋਰ ਖਰਚਾ ਹੋਊਗਾ, ਪਤਾ ਨਹੀਂ ਇਹ ਖਾਂਦਾ ਪਤਾ ਨਹੀਂ ਕੀ ਹੈਗਾ, ਇਹਦੇ ਖਾਂਦਾ ਤਾਂ ਬਿਜਲੀ ਹੋਊਗਾ। ਇਹ ਵੀ ਗਿਆ, ਉਹ ਵੀ ਗਿਆ, ਕੰਪਿਊਟਰ ਵੀ ਗਿਆ, ਮੈਂ ਕਿਹਾ ਇਹ ਵੀ ਗਿਆ, ਦੋਨੇ ਖੜ ਗਏ ਨਾਲ ਹੀ। ਡੈਡੀ ਹੈਗਾ ਨਾ, ਇਹਦਾ ਠੀਕ ਹੈ। ਚਾਬੀ ਲੈ ਲਾ, ਮੁੰਡਾ ਚਾਬੀ ਦੇਣਾ ਹੈ। ਚਾਬੀ ਲੈ ਬਸ, ਇਹਨਾਂ ਨੂੰ ਪੱਟਣਾ ਗਾ, ਪੱਟ ਕੇ ਲੈ ਕੇ ਚੱਲਦੇ ਯਾਰ। ਅਤੇ ਸਾਨੂੰ ਪਹਿਲਾਂ ਇਹ ਲੱਗਿਆ ਕਿ ਇਹਦੇ ਵਿੱਚ ਹਵਾ ਨਹੀਂ ਕ੍ਰੋਸ ਹੁੰਦੀ, ਪਰ ਸਾਨੂੰ ਇਹਦਾ ਸਾਈਡ ਮਿਰਰ ਵੀ ਤਾਰ ਕੇ ਰੱਖਤਾ, ਪੱਖੇ ਪੁੱਖੇ ਵਧੀਆ ਲੱਗੇ ਹੋਏ ਨੇ, ਇਹਦੇ 'ਚ ਫਿਲਟਰ ਲੱਗਿਆ ਹੋਇਆ, ਇੱਧਰੋਂ ਖਾਲੀ ਆ ਇਹ, ਤਾਂ ਵੀ ਖੜੀ ਜਾਂਦਾ ਯਾਰ ਇਹ। ਤੂੰ ਹੁਣ ਆਪਾਂ ਤਾਰਦੀ ਮਾਊਸ, ਕੀਬੋਰਡ, ਲੈਨ ਕੇਬਲ, ਅਤੇ ਆਹ ਹੈਗੀ ਆਪਣੇ ਸਪੀਕਰ ਦੀ, ਆਹ ਹੈਗੀ ਆਪਣਾ HDMI, ਆਹ ਆਪਣੀ ਪਾਵਰ ਕੇਬਲ। ਚਲੋ ਇਹ ਹੁਣ ਉੱਤਰ ਗਿਆ, ਦੇਖੋ ਦੇਖਣ ਨੂੰ ਪਤਾ ਲੱਗਦਾ ਕਿ ਜਮੀ ਨਵਾਂ ਪਿਆ ਕੰਪਿਊਟਰ, ਤਾਂ ਵੀ ਖੜੀ ਜਾਂਦਾ ਯਾਰ, ਸ਼ਰਮ ਤਾਂ ਕਰ ਲਈ ਮਾੜੀ ਮੋਟੀ। ਪਤਾ ਨਹੀਂ ਮੈਥੋਂ ਕੀ ਕਮੀ ਰਹਿ ਗਈ ਪੈਸੇ ਲਾਉਣ 'ਚ, ਪਤਾ ਨਹੀਂ ਕੀ ਚੱਕਰ ਪੈ ਗਿਆ। ਸੱਚੀਆਂ ਨਾਲ ਦਿਮਾਗ ਨਹੀਂ ਕਦੇ ਖਰਾਬ ਹੋਇਆ ਜਿੰਨਾ ਆਲੇ ਹਫ਼ਤੇ ਦੇ ਵਿੱਚ ਹੋ ਗਿਆ। ਸਾਨੂੰ ਐਂ ਲੱਗਦਾ ਕਿ ਜਾਣ ਕੇ ਕਰ ਰਿਹਾ, ਪਰ ਮੈਨੂੰ ਪਤਾ ਕਿ ਬੀਤ ਕੀ ਰਹੀ ਹੈ ਯਾਰ, ਇੰਨੇ ਪੈਸੇ ਲਾ ਕੇ ਵੀ ਨਾ ਚੱਲੇ ਚੀਜ਼ ਨਾ, ਉਹ ਫਿਰ ਉਦੋਂ ਦੁੱਖ ਹੁੰਦਾ। ਚਲੋ ਆਪਾਂ ਨੇ ਹੁਣ ਫਿੱਟ ਕਰ ਲਿਆ ਆਪਣਾ CPU, ਅਤੇ ਚਲੋ ਜਾ ਕੇ ਦੇਖਦੇ ਹਾਂ ਇਹਦੇ ਵਿੱਚ ਕੀ ਪ੍ਰੋਬਲਮ ਆ, HDD ਦੀ ਪ੍ਰੋਬਲਮ ਆ, HDMI ਦੀ ਪ੍ਰੋਬਲਮ ਆ। ਚਲੋ ਚੱਲੀਏ ਯਾਰ, ਮੈਨੂੰ ਦੇ ਦੇ ਬੰਸ, ਮੈਂ ਵੀ ਖਾ ਲੂੰਗਾ ਯਾਰ, ਭੁੱਖ ਲੱਗ ਰਹੀ ਆ ਮੈਨੂੰ, ਬਸ ਦੇਈ ਮੈਨੂੰ, ਦੇਈ ਮੈਨੂੰ। ਆਪਣਾ ਭਰਾ ਗੁਆਂਢੀ ਕਿਵੇਂ ਵੀਰੇ, ਕਿਵੇਂ ਠੀਕ ਹੋ? ਵਧੀਆ, ਹੈਪੀ ਲੋਹੜੀ ਐਂਡ ਗੁੱਡ ਮਾਰਨਿੰਗ। ਚਲੋ ਵੀਰੇ ਸਟੈਂਡ ਚੱਕ ਲੈਣਾ, ਕੱਪੜੇ ਖਰਾਬ ਹੋ ਗਏ ਨਾਲੇ ਨਾਲੇ CPU ਖਰਾਬ ਹੋ ਗਏ। ਗੁੱਡ ਮਾਰਨਿੰਗ,
बंद ने वे ये ना कदे खोले फाटक लो जी फाटक क्रॉस करके आ गए सी लोहा बाजार भी टप गए सी आगे ते होना पाने होना पहुंच गए फाइनली बैंक ने रोड दे ऊपर अजे अगे आ गए जाके थोड़ा जा इधर ना बोल ठीक है हम बस इतनी लड़ एक अपने लई हेडफोन लाने वास्ते एक सी 700 दी एक सी 200 दी अपने लई 200 वाले बाकी वाले कंप्यूटर हो रहा बंद आ गया अपना पीसी हूँ ठीक हो के सनशाइन तो करवाया थी ठीक तो देखते हैं कि हम चलता कि नहीं चलता वैसे उ चलता सी सही क्या मेरे घर आके देखते हैं कि किमें की वर्क कर दे देखो समान लगे पूरा हैवी बेचे दे लख रुपए का पैसा अपन कला कंप्यूटर कंप्यूटर तो बाकी चलो घर आके देखते हैं हम की बनता आओ चलिए फिर लो जी फाटक है कि खुले एक बार मैं दिखा देना थोनों फाटक है कि खुले सामने फाटक देखो तो असं इधर खड़ गए थे पीवे जूस उस्ताद जी खड़े ने अपने थैंक यू इन्हें शेक भरा बना रहा केलिया का शेक बदम बदूम भी चुपाऊगा ये नाल काजू भी गाला गुला ना कटे मैं फूड ब्लॉगर आ गया इधर वाह जी वाह चॉकलेट भी पा हाँ ये कर लो पहले ये हैगी नहीं पावर ये हैगी HDMI आज पावर ਨਾਲੇ ਆਪਾਂ ਲਿਆਏ ਸੀਗੇ ਮੰਗਲੈਲ ਜਾਂ ਕਹਿੰਦੇ ਬਈ ਇਹਦਾ ਤੇਲ ਮੁੱਕ ਗਿਆ ਪਾਵਾਂਗੇ ਹੁਣ ਤੇਲ ਨਾਲੇ ਇਹ ਚੱਲ ਪਊ ਨਾਲੇ ਕੰਪਿਊਟਰ ਚੱਲ ਪਊ ਮਿਸਤਰੀ ਜਗਤਾਰ ਸਿੰਘ ਸਰਦਾਰ ਮਿਸਤਰੀ ਜਗਤਾਰ ਸਿੰਘ ਧੂਰੀ ਵਾਲਾ ਪਠਾਨਕੋਟ ਹੀ ਹੋ ਗਿਆ ਅੱਛਾ ਕਾਕੇ ਮੁੰਡਾ ਕੰਮ ਤੇ ਲੱਗਿਆ ਦੀਵਾਰ ਲਾ ਲਿਆ ਸਾਨੂੰ ਲੋਹੜੀ ਤੇ ਆਈ ਉੱਥੇ 17 ਮਾਡਲ ਆ ਦੇਖ ਲਓ ਮੋਟਰਸਾਈਕਲ ਲੱਗਦਾ ਕਿਹੜੇ ਪਾਸੋਂ ਆ ਇੱਧਰ ਖੜਾ ਗਾ 2013 ਮਾਡਲ ਆ ਖੜਾ ਗਾ 2017 ਅੱਛਾ 96 ਮਾਡਲ ਵਾਹ ਜੀ ਵਾਹ ਬੜਾ ਪੁਰਾਣਾ ਮੈਂ ਆਗਾ 2000 ਮਾਡਲ ਤੇ ਹਾਂਜੀ ਹੁਣ ਆਪਾਂ ਗਏ ਸੀਗੇ ਘਰ ਤੇ ਆਪਣਾ ਪੀਸੀ ਆਪਣੇ ਲਾ ਲਿਆ ਇੱਧਰ ਤੇ ਬਾਈ ਕਹਿੰਦੇ ਇਹਦੇ ਵਿੱਚ ਦਿੱਕਤ ਇਹ ਹੈਗੀ ਜਿਹੜੀ ਦੀ ਹਾਰਡ ਡਰਾਈਵ ਹੈਗੀ ਉਹਦੀ ਸਪੀਡ ਇਹਦੀ NVMe ਦੀ SSD ਦੇ ਨਾਲ ਮੈਚ ਨਹੀਂ ਹੁੰਦੀ ਤੇ ਬਾਈ ਕਹਿੰਦਾ ਨਾ ਇਹਨਾਂ ਦੀ ਆਪਸ ਦੇ ਵਿੱਚ ਬਣਦੀ ਨੀਗੀ ਤਾਂ ਕਰਕੇ ਹੁੰਦਾ ਗਾ ਹੈਂਗ ਜਦੋਂ ਨਾ ਆਪਾਂ ਚਲਾਉਂਦੇ ਹੈਗੇ SSD ਦੇ ਵਿੱਚ ਤਾਂ ਵਧੀਆ ਚੱਲਦਾ ਪੂਰਾ ਮਤਲਬ ਕਿ ਪਾਣੀ ਮੰਗੂ ਤੇ ਪਤਾ ਨਹੀਂ ਯਾਰ ਸਮਝ ਤੋਂ ਬਾਹਰ ਆ ਤੇ ਹੁਣ ਇਹਨੂੰ ਅਸੀਂ ਲਗਭਗ ਇੱਕ ਦਿਨ ਹੋਰ ਚਲਾ ਕੇ ਦੇਖਦੇ ਹਾਂ ਚੱਲ ਪਿਆ ਤਾਂ ਵਧੀਆ ਨਹੀਂ ਇਹਦੇ ਉੱਪਰ ਲੱਗੂਗਾ 16,000 ਰੁਪਏ ਲੱਗੂ ਇਹਦੇ ਉੱਪਰ ਹੋਰ ਤੇ ਹੁਣ ਮੈਂ ਹਾਰਡ ਡਰਾਈਵ ਦਾ ਡਾਟਾ ਕਾਪੀ ਕਰੂੰਗਾ अपना SSD ਦੇ ਵਿੱਚ ਤੇ ਉਹਦੇ ਵਿੱਚੋਂ ਪ੍ਰੀਮੀਅਰ ਪ੍ਰੋ ਦੇ ਵਿੱਚ ਫਾਈਲ ਬਣਾ ਕੇ ਦੇਖੂੰਗਾ ਕੋਈ ਅਗਰ ਵਧੀਆ ਚੱਲ ਗਿਆ ਤਾਂ ਵਧੀਆ ਜੇ ਉਹਦੇ ਵਿੱਚ ਵੀ ਮਤਲਬ ਕਿ ਜੇ SSD ਦੇ ਵਿੱਚ ਵੀ ਨਾ ਚੱਲਿਆ ਤਾਂ ਬਾਈ ਕਹਿੰਦਾ ਆਪਾਂ ਬਾਅਦ 'ਚ ਦੇਖਾਂਗੇ ਤੇ ਹੁਣ ਮੈਂ ਇਹਨੂੰ ਟਰਾਈ ਕਰਦਾਗਾ SSD ਦੇ ਵਿੱਚ ਚਲਾ ਕੇ ਪ੍ਰੀਮੀਅਰ ਪ੍ਰੋ ਆਈ ਹੋਪ ਕਿ ਵਧੀਆ ਹੋਊਗਾ ਤੇ ਇਹਦੇ ਵਿੱਚ ਹੋਰ ਵੀ ਹੈਗੇ ਸੀਗੇ ਸੌਫਟਵੇਅਰ ਜਿਹੜੇ ਸੀਗੇ ਹੈਵੀ ਆਪਣਾ ਆਫਟਰ ਇਫੈਕਟ ਮੈਂ ਘੱਟਦਾ 2022 ਵਾਲਾ ਵਰਜ਼ਨ ਸੀਗਾ ਮੌਕਾ ਪ੍ਰੋ ਸੀਗਾ ਬਲੈਂਡਰ ਸੀਗਾ ਜਿਹੜਾ ਕਿ 3D ਐਨੀਮੇਸ਼ਨ ਸੀਗਾ ਮਤਲਬ ਕਿ ਨਾ ਹੈਵੀ ਸੌਫਟਵੇਅਰ ਮੈਨੇ ਕੱਟਤੇ ਸੀਗੇ
ਤਾਂ ਵੀ ਇਹ ਹੋ ਰਿਹਾ ਸੀਗਾ ਹੈਂਗ। ਸਾਰਾ ਕੁਛ ਦੇਖ ਲਿਆ ਤੇ ਜਿਹੜਾ ਜਿਹੜਾ ਕੁਛ ਕਰਨ ਵਾਲਾ ਸੀਗਾ ਸਾਰਾ ਕੁਛ ਟਰਾਈ ਕਰਕੇ ਦੇਖ ਲਿਆ, ਪਰ ਹਾਲੇ ਤੱਕ ਹੋਇਆ ਨੀਗਾ। ਪਰ ਹੁਣ ਮੈਂ ਮਤਲਬ ਕਿ ਇੱਧਰ ਮੇਰੇ ਸਾਹਮਣੇ ਚੱਲ ਰਿਹਾ ਕੰਪਿਊਟਰ, ਅਤੇ ਹੁਣ ਮੈਂ ਦੁਬਾਰਾ ਟਰਾਈ ਕਰੂੰਗਾ, ਆਈ ਹੋਪ ਕਿ ਵਧੀਆ ਚੱਲੂਗਾ। ਅਤੇ ਵੈਸੇ ਇਹਦੇ ਉੱਪਰ ਲੱਗੂਗਾ 16,000 ਰੁਪਏ ਹੋਰ ਲੱਗੂਗੀ ਲੱਗੂਗਾ ਆਪਣਾ SSD ਦੇ ਉੱਪਰ। ਅਤੇ ਵੈਸੇ ਅਸੀਂ ਕੱਲ੍ਹ ਹੀ ਲਾ ਕੇ ਹਟਾਂਗੇ 33,000 ਰੁਪਏ ਅਸੀਂ ਲੈ ਕੇ ਸੀਗੇ DJI ਦੇ ਮਾਈਕ, ਪਰ ਹੁਣ ਮਤਲਬ ਕਿ ਕੰਮ ਹੀ ਇਹੋ ਜਿਹੇ ਨੇ ਯਾਰ ਵੀ ਹੁਣ ਪੈਸੇ ਲਾਉਣੇ ਪੈਂਦੇ ਨੇ, ਜਿੰਨੇ ਕਾਉਂਦੇ ਨੇ ਉਨੇ ਕਿੱਧਰ ਲੱਗ ਜਾਂਦੇ ਨੇ। ਹੁਣ ਕਰ ਵੀ ਕੀ ਸਕਦੇ ਯਾਰ, ਕੰਮ ਵੀ ਕਰਨਾ ਹੈ ਨਾ, ਮਿਹਨਤ ਬੜੀ ਆ, ਕਹਿਣਾ ਸੌਖਾ ਕਿ ਵੀਡੀਓ ਬਸ ਪਾ ਤੀ ਬਸ, ਵੀ ਬਾਅਦ 'ਚ ਮਤਲਬ ਕਿ ਪੈਸੇ ਆਉਣ ਲੱਗ ਜਾਣਗੇ, ਪਰ ਇਹੋ ਜਿਹਾ ਕੁਛ ਵੀ ਹੁੰਦਾ ਗਾ, ਮੇਰੇ ਨਾਲ ਪਹਿਲੀ ਵਾਰੀ ਹੋਇਆ ਗਾ। ਅਤੇ ਇਹਦੇ ਉੱਪਰ ਨਾ ਮਤਲਬ ਕਿ ਮੈਂ ਰਾਤਾਂ ਨੂੰ ਜਾਗ ਜਾਗ ਕੇ ਮਿਹਨਤ ਕੀਤੀ ਆ, ਅਤੇ ਫਿਰ ਮੈਂ ਲੈ ਕੇ ਆਇਆ ਸੀਗਾ ਕੰਪਿਊਟਰ। ਇਹਦੇ ਉੱਪਰ ਲੱਗਿਆ ਮੇਰਾ 1,15,000 ਐਸਟੀਮੇਟ ਵੀ ਇੰਨਾ ਕੁ ਲੱਗਿਆ ਹੋਇਆ, ਅਤੇ ਇਹਦੇ ਉੱਪਰ ਹੁਣ 15,000-16,000 ਰੁਪਏ ਹੋਰ ਲੱਗ ਜੂਗਾ, ਅਤੇ ਇਹਦੀ ਕਹਾਣੀ ਪੱਕ ਜੂਗੀ 1,30,000 'ਤੇ। ਚਲੋ ਚਲੋ ਫਿਰ ਆਪਾਂ ਤੁਹਾਨੂੰ ਮਿਲ ਜਾਵਾਂਗੇ ਹੁਣ ਨੈਕਸਟ ਵਲੋਗ ਵਿੱਚ। ਆਈ ਹੋਪ ਕਿ ਤੁਹਾਨੂੰ ਵੈਸੇ ਵਲੋਗ ਵਧੀਆ ਤਾਂ ਕੀ ਲੱਗੂ ਇਹਦੇ ਵਿੱਚ, ਮਾੜੀ ਹੋ ਰਿਹਾ ਗਾ ਜੋ ਹੋ ਰਿਹਾ ਮੇਰੇ ਨਾਲ। ਚਲੋ ਮਿਲਾਂਗੇ ਤੁਹਾਨੂੰ ਨੈਕਸਟ ਵਲੋਗ ਦੇ ਵਿੱਚ। ਬਾਏ ਬਾਏ ਟਾਟਾ, ਚੈਨਲ ਸਬਸਕ੍ਰਾਈਬ ਕਰ ਲਿਓ ਜੇ ਹੋਰ ਕੁਛ, ਅਤੇ ਚੈਨਲ ਕਰ ਲਿਓ ਸਬਸਕ੍ਰਾਈਬ, ਅਤੇ ਅਗਰ ਕੋਈ ਹੋਰ ਸੁਝਾਅ ਦੇਣਾ ਹੋਵੇ ਤਾਂ ਤੁਸੀਂ ਕਮੈਂਟ ਕਰ ਦਿਓ, ਮੈਂ ਪੜ੍ਹ ਲੂੰਗਾ ਜ਼ਰੂਰ। ਸੋ ਥੈਂਕ ਯੂ ਫੋਰ ਵਾਚਿੰਗ, ਲਵ ਯੂ, ਬਾਏ ਬਾਏ ਟਾਟਾ, ਓਕੇ। ਲੋਹੜੀ ਦਾ ਸਮਾਗਮ ਹੁੰਦਾ ਲੋਹੜੀ ਦਾ ਸਮਾਗਮ, ਮਿੱਠਾ ਪਾ ਦੇ ਬੇਟਾ, ਪਾ ਦੇ ਲੋਹੜੀ ਦਾ ਸਮਾਗਮ, ਤਾੜੀਆਂ ਮਾਰੋ, ਸਮਾਗਮ ਹੀ ਹੁੰਦਾ। ਚਲੋ ਤਾੜੀਆਂ ਮਾਰ ਪੁੱਤ, ਹੈਪੀ ਲੋਹੜੀ, ਸਾਡੀ ਬਲ ਤਾੜੀ ਦੋ ਨਿਆਣੇ ਖੜੋ ਕੇ ਤਾੜੀਆਂ।